ਵੀਰੋ, ਚੋਣਾਂ ਦਾ ਵਿਗਲ ਵੱਜ ਚੁੱਕਾ ਹੈ ਅਤੇ CRPF ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਵੱਲੋਂ ਇਸ ਸਾਲ ਦਾ ਇਲੈਕਸ਼ਨ ਕਾਂਗਰਸ ਪਾਰਟੀ ਨੂੰ ਸਪੋਰਟ ਕਰੇਗਾ ਪੂਰੀ। ਵੀਰੋ, ਚੌਧਰੀ ਸੰਤੋਖ ਸਿੰਘ ਅਤੇ ਕਾਂਗਰਸ ਦੇ ਕੈਂਡੀਡੇਟਾਂ ਨੇ ਪੈਰਾਮਿਲਟਰੀ ਫੋਰਸ ਦੀਆਂ ਜੋ ਸਮੱਸਿਆ ਸੀ ਉਹ ਅਸੈਂਬਲੀ ਵਿੱਚ ਉਠਾਈਆਂ ਤਾਂ ਜੋ ਜਵਾਨਾਂ ਨੂੰ ਕੁਝ ਮਿਲ ਸਕੇ। ਕੱਲੀ ਸਾਡੀ ਮੰਗ ਚੌਧਰੀ ਸੰਤੋਖ ਸਿੰਘ ਨੇ ਅਸੈਂਬਲੀ ਵਿੱਚ ਉਠਾਈ ਤਾਂ ਅੱਜ ਸਾਨੂੰ ਪੰਜਾਬ ਵਿੱਚ ਡਿਸਪੈਂਸਰੀਆਂ ਮਿਲੀਆਂ। ਪਹਿਲੀ ਡਿਸਪੈਂਸਰੀ ਜਲੰਧਰ ਅਤੇ ਦੂਜੀ ਡਿਸਪੈਂਸਰੀ ਸਾਨੂੰ ਅੰਮ੍ਰਿਤਸਰ ਵਿੱਚ ਮਿਲੀ। ਮੈਂ ਐਕਸਮੈਨ ਵੀਰਾਂ ਨੂੰ ਇਹ ਬੇਨਤੀ ਕਰਦਾ ਕਿ 19 ਤਰੀਕ ਨੂੰ ਕੱਲੀ ਵੋਟ ਚੌਧਰੀ ਸੰਤੋਖ ਸਿੰਘ ਅਤੇ ਹਰ ਕਾਂਗਰਸ ਦੇ ਕੈਂਡੀਡੇਟ ਨੂੰ ਪਾਈ ਜਾਵੇ ਤਾਂ ਜੋ ਕਾਂਗਰਸ ਪਾਰਟੀ ਦੇ ਸਾਫ਼ ਸੁਥਰੇ ਅਕਸ ਵਾਲੇ ਕੈਂਡੀਡੇਟ ਸੈਂਟਰ ਵਿੱਚ ਜਾਣ ਅਤੇ ਜੋ ਸਾਡੀਆਂ ਐਸੋਸੀਏਸ਼ਨ ਦੀਆਂ ਕੰਮ ਬਚ ਗਏ ਹੈ ਜਾਂ ਅਧੂਰੇ ਰਹਿ ਗਏ ਹੈ ਉਹਨਾਂ ਨੂੰ ਵੀ ਪੂਰਾ ਕੀਤਾ ਜਾਵੇ। ਵੀਰੋ, ਜੇ ਕੁਝ ਸਾਨੂੰ ਦੇ ਸਕਦੀ ਹੈ ਅਤੇ ਕਾਂਗਰਸ ਪਾਰਟੀ ਦੇ ਸਕਦੀ ਹੈ, BJP ਦੇ ਵਿੱਚ ਜਿੰਨਾ ਸਾਡਾ ਨੁਕਸਾਨ ਹੋਇਆ ਇੰਨਾ ਕਦੀ ਵੀ ਨਹੀਂ ਹੋਇਆ ਸੀ। ਮੈਂ ਐਕਸਮੈਨ ਵੀਰਾਂ ਨੂੰ ਅਤੇ ਸ਼ਹੀਦ ਪਰਿਵਾਰਾਂ ਨੂੰ ਇੱਕ ਭਾਵਕ ਬੇਨਤੀ ਕਰਦਾ ਹਾਂ ਕਿ ਕੱਲੀ ਵੋਟ ਕੱਢ ਕੇ ਕਾਂਗਰਸ ਪਾਰਟੀ ਦੇ ਕੈਂਡੀਡੇਟਾਂ ਨੂੰ ਅਤੇ ਚੌਧਰੀ ਸੰਤੋਖ ਸਿੰਘ ਨੂੰ ਪਾਈ ਜਾਵੇ ਜਿਨ੍ਹਾਂ ਨੇ ਨੀਂਹ ਫੋਰਸ ਬਲਾਂ ਦੇ ਕੱਲੇ ਪੁਆਇੰਟ ਸੰਸਦ ਵਿੱਚ ਉਠਾਏ ਤਾਂ ਜੋ ਸਰਕਾਰ ਦੀਆਂ ਅੱਖਾਂ ਖੁੱਲ੍ਹ ਸਕਣ। ਜੇ ਅੱਜ ਅੱਖਾਂ ਸਰਕਾਰ ਦੀਆਂ ਖੋਲੀਆਂ ਅਤੇ ਚੌਧਰੀ ਸੰਤੋਖ ਸਿੰਘ, ਰਵਨੀਤ ਬਿੱਟੂ, ਪ੍ਰਤਾਪ ਬਾਜਵਾ ਇਹਨਾਂ ਜੁਰਤ ਵਾਲਿਆਂ ਸੇਰਾਂ ਨੇ ਸੰਸਦ ਵਿੱਚ ਪੈਰਾਮਿਲਟਰੀ ਫੋਰਸ ਦੀਆਂ ਮੰਗਾਂ ਉਠਾਈਆਂ ਤਾਂ ਮੈਂ ਇਹ ਵੀਰਾਂ ਨੂੰ ਅਪੀਲ ਕਰਦਾ ਕਿ ਕਾਂਗਰਸ ਪਾਰਟੀ ਦੇ ਸਾਫ਼ ਸੁਥਰੇ ਕੈਂਡੀਡੇਟਾਂ ਨੂੰ ਵੋਟਾਂ ਪਾ ਕੇ ਇਹਨਾਂ ਨੂੰ ਸੈਂਟਰ ਵਿੱਚ ਭੇਜੀਏ ਤਾਂ ਜੋ ਸਾਡੇ ਸ਼ਹੀਦ ਪਰਿਵਾਰਾਂ ਨੂੰ ਅਤੇ ਐਕਸਮੈਨ ਵੀਰਾਂ ਨੂੰ ਜੋ ਸਾਡੀਆਂ ਬਚੀਆਂ ਮੰਗਾਂ ਉਹਨਾਂ ਨੂੰ ਵੀ ਪੂਰਾ ਕਰ ਸਕੀਏ ਅਤੇ BJP ਅਤੇ RSS ਦੀ ਕੱਟੜਤਾ ਨੂੰ ਤੋੜਦੇ ਬਣੀਏ। ਜੋ ਹਿੰਦੁਸਤਾਨ ਵਿੱਚ RSS ਅਤੇ BJP ਨੇ ਜੋ ਕੱਟੜਤਾ ਚਲਾਈ ਹੈ ਉਹ ਸਾਰੇ ਵੀਰ ਜਾਣਦੇ ਆ। ਇਹ ਕੱਟੜਤਾ ਸਦਾ ਨਹੀਂ ਚਲੇਗੀ। ਵੀਰੋ, ਕੱਲੀ ਵੋਟ ਪਾ ਕੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਅਤੇ ਇਹ ਕੱਟੜਤਾ ਨੂੰ ਚੱਲਦੇ ਕਰੀਏ। ਜੈ ਹਿੰਦ।